10th standard examination for Punjab School Education Board is going to take place from today, for which 22,000 students will sit in the examination from Patiala district. 185 centers are ready, wired with a strict surveillance system. Students seem very excited to sit in the examination with full preparations. Saligram Dutt, school principal, has told the media that this time examination will go fair under the third eye of surveillance to avoid any sort of disturbance during the examination. ਦਸਵੀਂ ਸ਼ੁਰੂ ਹੋ ਰਹੀ ਹੈ ਸਰ ਹਾਂਜੀ ਦਸਵੀਂ ਕਿਸ ਤਰ੍ਹਾਂ ਪ੍ਰਬੰਧ ਕੀਤੇ ਸਿੱਖਿਆ ਕੇਂਦਰ 'ਚ ਅਸੀਂ ਪੂਰੇ ਪੁਖਤਾ ਪ੍ਰਬੰਧ ਕਰੇ ਹੋਏ ਨੇ ਜੀ 12 ਕਮਰੇ ਲਾਏ ਨੇ ਅਸੀਂ 282 ਬੱਚੇ ਨੇ ਔਰ ਸਾਰੇ ਕਮਰਿਆਂ ਦੇ ਵਿੱਚ ਅਸੀਂ ਸੀ ਸੀ ਕੈਮਰੇ ਲੱਗੇ ਆ ਜੀ ਅਤੇ ਪੇਪਰਾਂ ਨੂੰ ਲੀਕ ਨਾ ਹੋਵੇ ਕਿੱਥੇ ਉਹ ਰੱਖੇ ਗਏ ਸਰਕਾਰ ਨੇ ਉਹ HDFC ਬੈਂਕ 'ਚ ਰੱਖੇ ਗਏ ਨੇ ਜੀ ਬਕਾਇਦਾ 9:25 'ਤੇ ਸਾਨੂੰ ਟਾਈਮ ਦਿੱਤਾ ਸੀ ਉਹਨਾਂ ਨੇ ਬੈਂਕ 'ਚ ਅਸੀਂ ਇੰਪਲਾਈ ਸਾਡੇ ਗਏ ਜਾ ਕੇ ਪੇਪਰ ਲੈ ਕੇ ਆਏ ਨੇ ਜੀ ਪ੍ਰੀਖਿਆ ਕੇਂਦਰ ਜਿਹੜੇ ਸਟਾਫ ਹੈ ਸਾਰਾ ਹਾਜ਼ਰ ਸਾਰਾ ਹਾਜ਼ਰ ਹੈ ਜੀ ਟੋਟਲ ਕੋਈ ਪੁਲਿਸ ਦੇ ਪ੍ਰਬੰਧ ਵੀ ਕੀਤੇ ਨੇ ਪੁਲਿਸ ਦਾ ਪ੍ਰਬੰਧ ਅਸੀਂ ਸੂਚਨਾ ਦਿੱਤੀ ਹੋਈ ਹੈ ਜੀ ਪਰ ਇਹਨਾਂ ਕੋਲ ਕਮੀ ਹੋਣ ਕਰਕੇ ਸ਼ਾਇਦ ਇਹ ਕੋਈ ਆਉਂਦਾ ਸਾਡਾ ਆਪਦਾ ਪ੍ਰਬੰਧ ਹੈਗਾ ਅਸੀਂ ਗੇਟ 'ਤੇ ਆਪਦੇ ਡਿਪਿਊਟ ਕੀਤੇ ਨੇ ਬੰਦੇ ਤੋਂ 10th ਕਿਹੜੇ ਸਬਜੈਕਟ ਦਾ ਪੰਜਾਬੀ ਏ A report by Vibhu Bansal from Samana for Bright Punjab Express.